श्रोमणी अकाली दल संयुक्त वालों जिहड़ा इह प्रदर्शन किया जा रहा है, मुख्य जिहड़ी मंगा यह सी कि वह जिहड़ा है करनाल दे विच किसान उत्ते किए गए लाठीचार्ज का विरोध कर रहे थे। मुख्यमंत्री हरियाणा मनोहर लाल का जिहड़ा घर जिहड़ा सरकारी घर है उसका घेराव करना सी। तस्वीरां तुसीं देख सकते हो कि इत्थे काफ़ी गिनती दे विच जिहड़े इत्थे प्रदर्शनकारी पहुंचे ने, खासकर जिहड़ा श्रोमणी अकाली दल संयुक्त दे जिहड़े आगू ने परमिंदर सिंह ढींडसा दे हेठ जिहड़ा है सारा कट कट्ठा होया सी। ते ਤਾਂ ਇਹੀ ਕਹਿਣਾ ਹੈ ਕਿ ਚਾਹੇ ਪੰਜਾਬ ਦੇ ਵਿੱਚ ਕੈਪਟਨ ਸਰਕਾਰ ਹੋਵੇ, ਚਾਹੇ ਬਾਦਲਾਂ ਦੀ ਪਹਿਲਾਂ ਦੀ ਸਰਕਾਰ ਹੋਵੇ, ਜਾਂ ਫਿਰ ਕੇਂਦਰ ਦੀ ਮੋਦੀ ਸਰਕਾਰ ਹੋਵੇ, ਸਾਰੇ ਜਿਹੜੇ ਕਿਸੇ ਨੂੰ ਵਿਰੋਧੀ ਹੈ ਅਤੇ ਲਗਾਤਾਰ ਘਿਰਾਵ ਕਰਨਾ ਜਿਹੜਾ ਜਾਰੀ ਰੱਖਣਗੇ ਜਦ ਤੱਕ ਜਿਹੜੇ ਤਿੰਨ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ। ਅਤੇ ਇਸ ਤੋਂ ਇਲਾਵਾ ਜਿਹੜਾ ਮੋਗਾ ਦੇ ਵਿੱਚ ਹੋਇਆ ਉਹ ਵੀ ਜਿਹੜਾ ਹੈ ਬਰਾਬਰ ਹੀ ਸੀਗਾ ਜਿਵੇਂ ਕਰਨਾਲ ਦੇ ਵਿੱਚ ਹੋਇਆ। ਅਤੇ ਇਹ ਸਾਰੀ ਸਰਕਾਰਾਂ ਜਿਹੜੀਆਂ ਹੈ ਕਿਸਾਨ ਵਿਰੋਧੀ ਹੈ, ਅਤੇ ਇਹ ਜਿਹੜਾ ਇਹਨਾਂ ਦਾ ਪ੍ਰਦਰਸ਼ਨ ਅਜਿਹਾ ਹੀ ਜਾਰੀ ਰਹੇਗਾ। ਫਿਲਹਾਲ ਜਿਹੜਾ ਹੈ ਅੱਜ ਇਹਨਾਂ ਨੇ ਇੱਥੇ ਕਰਨਾ ਚਾਹਾ ਘਿਰਾਵ, ਪਰ ਚੰਡੀਗੜ੍ਹ ਪੁਲਿਸ ਵੱਲੋਂ ਇਹਨੂੰ ਇੱਥੇ ਰੋਕ ਦਿੱਤਾ ਗਿਆ ਹੈ। ਬੈਰੀਗੇਟਿੰਗ ਲਗਾ ਕੇ ਵਾਟਰ ਕੈਨਨ ਦਾ ਵੀ ਇਸਤੇਮਾਲ ਕੀਤਾ ਗਿਆ, ਜਿਸ ਵਿੱਚ ਕਈ ਪ੍ਰਦਰਸ਼ਨਕਾਰੀਆਂ ਨੂੰ ਸੱਟਾਂ ਵੀ ਲੱਗੀਆਂ ਨੇ, ਪਰ ਫਿਲਹਾਲ ਜਿਹੜਾ ਹੈ ਇੱਥੇ ਪ੍ਰਦਰਸ਼ਨ ਇਹਨਾਂ ਵੱਲੋਂ ਕੀਤਾ ਜਾ ਰਿਹਾ ਹੈ। ਚੰਡੀਗੜ੍ਹ ਤੋਂ ਈਟੀਵੀ ਭਾਰਤ ਦੇ ਲਈ ਪੂਜਾ ਵਰਮਾ ਦੀ ਰਿਪੋਰਟ।